ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਰੋਡ ਰੇਜ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ 41 ਸਾਲੀ ਸਜ਼ਾ ਭੁਗਤ ਰਹੇ ਨੇ ਉਹਨਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਸਿੱਧੂ ਹੁਣ ਚੇਂਜ ਐਂਡ ਲੈਂਡ ਯੂਜ਼ ਯਾਨੀ ਕਿ ਸੀਐਲਯੂ ਕੇਸ ਦੇ ਵਿੱਚ ਲੁਧਿਆਣਾ ਅਦਾਲਤ ਦੇ ਵਿੱਚ ਨਿਜੀ ਤੌਰ ਤੇ ਪੇਸ਼ ਨਹੀਂ ਹੋਣਗੇ ਸਿੱਧੂ ਨੂੰ ਵੀਡੀਓ ਕਾਨਫਰੰਸ ਰਾਹੀਂ ਹੁਣ ਪੇਸ਼ ਕੀਤਾ ਜਾ ਸਕਦਾ ਹੈ ਭਾਰਤੀ ਪਾਕਿਸਤਾਨੀ ਮੂਲ ਦੇ ਰੇਸ਼ੀ ਸੁਨਗ ਦੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬਰਨ ਨੇ ਤੇ ਤਨਮਨਜੀਤ ਸਿੰਘ ਢੇਸੀ ਜਿਹੜੇ ਜਿਹੜੇ ਕਿ ਯੂਕੇ ਦੇ ਪਹਿਲੇ ਦਸਤਾਰਤਾਰੀ ਐਮਪੀ ਨੇ ਉਹਨਾਂ ਨੇ ਕਿਹਾ ਹੈ ਕਿ ਬਰਤ ਚ ਪਹਿਲੀ ਵਾਰ ਇਹ ਜਹਾ ਹੋਇਆ ਕਿ ਕਿਸੇ ਏਸ਼ੀਆਈ ਵਿਅਕਤੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਨਵਾਜਿਆ ਗਿਆ ਹੈ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜਦੋਂ ਸਾਡੇ ਮੁਲਕ ਦਾ ਵਿਅਕਤੀ ਜਾਂ ਕਿਸੇ ਧਰਮ ਨਾਲ ਸੰਬੰਧਿਤ ਵਿਅਕਤੀ ਅਜਿਹੇ ਅਹੁਦੇ ਤੇ ਪਹੁੰਚਦਾ ਹੈ ਤਾਂ ਭਾਰਤ ਦੇ ਲੋਕਾਂ ਦੇ ਵਿੱਚ ਖੁਸ਼ੀ ਦੇਖੀ ਜਾ ਸਕਦੀ ਹੈ ਉਹਨੇ ਕਿਹਾ ਕਿ ਬੇਸ਼ੱਕ ਬਰਤਾਨੀਆਂ ਦੇ ਵਿੱਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਬਣ ਗਏ ਨੇ ਪਰ ਵਿਰੋਧੀ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਆਮ ਚੋਣਾ ਮੁੜ ਕਰਵਾਉਣ ਦੀ ਮੰਗ ਕੀਤੀ ਹੈ ਤੇਸੀ ਨੇ ਕਿਹਾ ਕਿ ਏਸ਼ੀਆ ਮੂਲ ਦੇ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣ ਤੇ ਮਾਣ ਹੈ ਪਰ ਉਹਨਾਂ ਇਹੀ ਯੂਕੇ ਦੇ ਵਿੱਚ ਹਾਲਾਤ ਖਰਾਬ ਕੀਤੇ ਇਹੀ ਕਾਰਨ ਹੈ ਕਿ ਆਮ ਚੋਣਾ ਕਰਵਾਉਣੀਆਂ ਜ਼ਰੂਰੀ ਨੇ ਕੰਜ਼ਰਵੇਟਿਵ ਪਾਰਟੀ ਨੂੰ ਲੋਕਾਂ ਦੇ ਵਿੱਚ ਆਉਣਾ ਚਾਹੀਦਾ ਹੈ। ਨਾ ਕਿਹਾ ਕਿ ਜ਼ਰੂਰੀ ਨਹੀਂ ਕਿ ਰਿਸ਼ੀ ਸੁਨਕਪਾਤੀ ਮੂਲ ਦੇ ਪ੍ਰਧਾਨ ਮੰਤਰੀ ਹਨ ਜ਼ਰੂਰੀ ਇਹ ਹੈ ਕਿ ਉਹਨਾਂ ਦੀ ਨੀਤੀ ਅਤੇ ਉਹਨਾਂ ਦੀ ਸੋਚ ਕਿਹੋ ਜੀ ਹੋਏਗੀ ਤੇ ਅਸੀਂ ਨੇ ਕਿਹਾ ਕਿ 12 ਸਾਲਾਂ ਦੀ ਸਫਲਤਾ ਤੋਂ ਬਾਅਦ ਬਰਤਾਨੀਆਂ ਬਿਹਤਰ ਕੱਲ ਦਾ ਹੱਕਦਾਰ ਹੈ ਸਾਨੂੰ ਇੱਕ ਨਵੀਂ ਸ਼ੁਰੂਆਤ ਕਰਨੀ ਹੋਏਗੀ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਤੇ ਹਵਾਲਾਤਿਆਂ ਤੋਂ ਮੋਬਾਈਲ ਫੋਨ ਬਰਾਮਦ ਹੋਣ ਦਾ سلسلہ ਜਾਰੀ ਹੈ ਜੇਲ੍ਹ ਆਸਨੇ ਵੱਲੋਂ ਇੱਕ ਵਾਰੀ ਫਿਰ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਦੋ ਟੱਚ ਸਕਰੀਨ ਤੇ ਸੱਤ ਕੀਪੈਡ ਮੋਬਾਈਲ ਬਰਾਮਦ ਕੀਤੇ ਗਏ ਨੇ ਇਸ ਸੰਬੰਧੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਇੱਕ ਕੈਦੀ ਤੇ ਪੰਜ ਹਵਾਲਾ ਤਿਆਂ ਸਣੇ ਨਾਮ ਅਲੂਮਾ ਦੇ ਖਿਲਾਫ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਇਸ ਸਾਲ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ 400 ਮੋਬਾਈਲ ਫੋਨ ਬਰਾਮਦ ਕੀਤੇ ਜਾ ਚੁੱਕੇ ਨੇ T20 ਵਿਸ਼ਵ ਕੱਪ ਦੀ ਗੱਲ ਕਰ ਲਈਏ ਤਾਂ ਮੀ ਕਾਰਨ ਮੈਚ ਵਿੱਚ ਵਿਗਨ ਪੈਣ ਤੋਂ ਬਾਅਦ T20 ਵਿਸ਼ਵ ਕੱਪ ਦੇ ਵਿੱਚ ਆਇਰਲੈਂਡ ਨੇ ਡੱਕਵਰਥ ਲੂਇਸ ਨਿਯਮ ਦੇ ਰਾਹੀਂ ਇੰਗਲੈਂਡ ਨੂੰ ਪੰਜ ਤੋੜਾਂ ਦੇ ਨਾਲ ਹਰਾ ਦਿੱਤਾ ਇਹ ਵੀ ਇੱਕ ਇਤਿਹਾਸਿਕ ਮੈਚ ਹੀ ਮੰਨਿਆ ਜਾਏਗਾ ਜਦੋਂ ਇੰਗਲੈਂਡ ਨੂੰ ਆਇਰਲੈਂਡ ਨੇ ਹਰਾਇਆ ਹੈ 158 ਦੌੜਾਂ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਸਾਢੇ 14ਕ ਓਵਰਾਂ ਦੇ ਵਿੱਚ 5 ਵਿਕਟਾਂ ਤੇ 105 ਦੌੜਾਂ ਬਣਾ ਲਈਆਂ ਸਨ ਉਧਰ ਸਿਡਨੀ ਪਹੁੰਚੀ ਹੋਈ ਭਾਰਤੀ ਟੀਮ ਖਾਣੇ ਦੇ ਪ੍ਰਬੰਧ ਤੋਂ ਖੁਸ਼ ਨਹੀਂ ਹੈ ਟੀਮ ਦੇ ਕੁਝ ਮੈਂਬਰਾਂ ਨੇ ਦੁਪਹਿਰ ਦੇ ਖਾਣੇ ਲਈ ਹੋਟਲ ਪਰਤਨ ਦਾ ਫੈਸਲਾ ਲਿਆ ਅਭਿਆਸ ਤੋਂ ਬਾਅਦ ਦਾ ਖਾਣਾ ਸਾਰੀਆਂ ਟੀਮਾਂ ਦੇ ਲਈ ਲਗਭਗ ਇੱਕੋ ਜਿਹਾ ਹੁੰਦਾ ਹੈ ਤੇ ਭਾਰਤੀਆਂ ਭਾਰਤੀ ਖਿਡਾਰੀਆਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਉਹਨਾਂ ਨੂੰ ਗਰਮ ਭੋਜਨ ਨਹੀਂ ਦਿੱਤਾ ਜਾ ਰਿਹਾ ਜੋ BCCI ਦੇ ਸੂਤਰਾਂ ਮੁਤਾਬਕ ਸਖਤ ਸਿਖਲਾਈ ਸੈਸ਼ਨ ਤੋਂ ਬਾਅਦ ਜ਼ਰੂਰੀ ਹੈ ਤੇ ਇਸੇ ਕਰਕੇ ਭਾਰਤੀ ਟੀਮ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਅਭਿਆਸ ਕਰਨ ਤੋਂ ਵੀ ਮਨਾ ਕਰ ਦਿੱਤਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਦੇਸ਼ ਦੇ ਰਣਨੀਤਿਕ ਪਰਮਾਣੂ ਬਲਾਂ ਦੇ ਅਭਿਆਸਾਂ ਦੀ ਨਿਗਰਾਨੀ ਕੀਤੀ ਇਸ ਦੌਰਾਨ ਬੈਲਿਸਟਿਕ ਅਤੇ ਕਰੂਜ਼ ਮਿਸਾਈਲਾਂ ਵੀ ਵਰਤੀਆਂ ਗਈਆਂ ਰੂਸੀ ਰੱਖਿਆ ਮੰਤਰੀ ਸ਼ਰਗੋਈ ਸ਼ੋਇਗੂ ਨੇ ਪੁਤਨ ਨੂੰ ਦੱਸਿਆ ਕਿ ਰੂਸ ਦੇ ਪਰਮਾਣੂ ਹਮਲੇ ਦਾ ਜਵਾਬ ਦੇਣ ਲਈ ਕੀਤੀ ਜਾਣ ਵਾਲੀ ਕਾਰਵਾਈ ਦਾ ਇਹ ਅਭਿਆਸ ਸੀ ਤੇ ਅਭਿਆਸ ਤਸੱਲੀ ਬਖਸ਼ ਦੱਸਿਆ ਗਿਆ ਹੈ ਅਮਰੀਕਾ ਨੇ ਕਿਹਾ ਕਿ ਮਾਸਕੋ ਨੇ ਉਨ੍ਹਾਂ ਨੂੰ ਅਭਿਆਸ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਤਿਸਿ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਰੂਸੀ ਹਮਰਤਬਾ ਸਰਗੇਈ ਸ਼ੋਇਗੂ ਨੂੰ ਕਿਹਾ ਕਿ ਯੂਕਰੇਨ ਵਿਵਾਦ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ ਕਿਸੇ ਵੀ ਤਰ੍ਹਾਂ ਨੂੰ ਪਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਵਿਚਾਰ ਨਹੀਂ ਕਰਨਾ ਚਾਹੀਦਾ ਰੱਖਿਆ ਮੰਤਰਾਲੇ ਨੇ ਕਿਹਾ ਕਿ ਸ਼ੋਇਗੂ ਨੇ ਫੋਨ ਕਾਲ ਦੇ ਵਿੱਚ ਰਾਜਨਾਥ ਸਿੰਘ ਨੂੰ ਯੂਕਰੇਨ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਬਰਤਾਨੀਆ ਦੇ ਵਿੱਚ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਆਪਣੀ ਕੈਬਨਿਟ ਦੀ ਪਹਿਲੀ ਬੈਠਕ ਕੀਤੀ ਸੁੰਕ ਪ੍ਰਧਾਨ ਮੰਤਰੀ ਦੇ ਪ੍ਰਸ਼ਨ ਕਾਲ ਸੈਸ਼ਨ ਦੀ ਤਿਆਰੀ ਕਰ ਰਹੇ ਨੇ ਜੋ ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਦਾ ਪਹਿਲਾ ਵੱ ਸਾਊਦੀ ਅਰਬ ਅਤੇ ਪਾਕਿਸਤਾਨ ਦੇ ਵਿੱਚ ਸਹਿਮਤੀ ਬਣੀ ਹੈ ਇੱਕ ਮੀਟਿੰਗ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਮੰਗਲਵਾਰ ਨੂੰ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ ਨਾਲ ਰਿਆਦ ਦੇ ਵਿੱਚ ਮੁਲਾਕਾਤ ਹੋਈ ਸ਼ਰੀਫ ਲੰਗੇ 24 ਅਕਤੂਬਰ ਨੂੰ ਸਾਊਦੀ ਅਰਬ ਦੇ ਦੌਰੇ ਤੇ ਰਵਾਨਾ ਹੋਏ ਸਨ 25 ਅਕਤੂਬਰ ਨੂੰ ਸ਼ਾਹਬਾਜ਼ ਸ਼ਰੀਫ ਦੀ ਮੁਲਾਕਾਤ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸੁਲਮਾਨ ਅਬਦੁਲ ਅਜ਼ੀਜ਼ ਅਲ ਸੌਦ ਦੇ ਨਾਲ ਹੋਈ ਸਾਊਦੀ ਅਰਬ ਨੇ ਦੱਸਿਆ ਹੈ ਕਿ ਕ੍ਰਾਊਨ ਪ੍ਰਿੰਸ ਤੇ ਪਾਕਿਸਤਾਨੀ ਪੀਐਮ ਨੇ ਦੋਵਾਂ ਮੁਲਕਾਂ ਦਰਮਿਆਨ ਕੀਤੀ ਹੈ ਰਿਆਦ ਵਿੱਚ ਹੋਈ ਬੈਠਕ ਵਿੱਚ ਦੋਵੇਂ ਦੇਸ਼ ਦਵੱਲੇ ਸਬੰਧਾਂ ਤੇ ਇਹ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਸਹਿਮਤ ਹੋਏ ਨੇ ਸ਼ਾਹਵਾਜ਼ ਸ਼ਰੀਫ ਨੇ ਵੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਮੇਰੀ ਹੁਣੇ-ਹੁਣੇ ਕਰਾਉਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨਾਲ ਇੱਕ ਚੰਗੀ ਮੁਲਾਕਾਤ ਹੋਈ ਹੈ ਉਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਦੇਸ਼ ਵਿੱਚ 63 ਚੋਣਾ ਕਰਾਉਣ ਦੇ ਲਈ ਲਾਹੌਰ ਤੋਂ ਇਸਲਾਮਾਬਾਦ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਇਮਰਾਨ ਖਾਨ ਨੇ ਦੱਸਿਆ ਕਿ ਮਾਰਚ ਦੀ ਸ਼ੁਰੂਆਤ 28 ਅਕਤੂਬਰ ਨੂੰ ਸਵੇਰੇ 11 ਵਜੇ ਲਾਹੌਰ ਦੇ ਲਿਬਰਟੀ ਚੌਂਕ ਤੋਂ ਹੋਵੇਗੀ ਅਸੀਂ ਕਹਿੰਦੇ ਲਿਬਰਟੀ ਤੇ ਇਕੱਠੇ ਹੋਵਾਂਗੇ اسلامਾਬਾਦ ਵੱਲ ਮਾਰਚ ਕੱਢਾਂਗੇ ਸ਼ਾਂਤੀਪੂਰਨ ਮਾਰਚ ਮਾਰਚ ਹੋਏਗਾ ਕਿਸੇ ਨਾਲ ਝਗੜਾ ਅਸੀਂ ਨਹੀਂ ਕਰਨ ਜਾ ਰਹੇ ਅਸੀਂ ਕਿਸੇ ਤਰ੍ਹਾਂ ਦਾ ਕਾਨੂੰਨ ਵੀ ਨਹੀਂ ਤੋੜਾਂਗੇ ਰੈੱਡ ਜ਼ੋਨ ਦੇ ਵਿੱਚ ਪ੍ਰਵੇਸ਼ ਨਹੀਂ ਕਰਾਂਗੇ ਖਾਨ ਨੇ ਕਿਹਾ ਕਿ ਇਹ ਮਾਰਚ ਜੀਟੀ ਰੋਡ ਤੋਂ ਹੁੰਦਾ ਹੋਇਆ ਜਾਊਗਾ ਜਿਸ ਵਿੱਚ ਪਾਕਿਸਤਾਨੀ ਜਨਤਾ ਦੇ ਹਰ ਤਬਕੇ ਤੇ ਹਰ ਵਰਗ ਦੇ ਲੋਕ ਸ਼ਾਮਿਲ ਹੋਣਗੇ ਅਮਰੀਕੀ ਟੈਕ ਕੰਪਨੀ ਗੂਗਲ ਨੇ ਭਾਰਤ ਵਿੱਚ ਲਾਏ ਗੇ ਜੁਰਮਾਨੇ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਆਪਣੇ ਯੂਜ਼ਰਸ ਅਤੇ ਡਿਵੈਲਪਰਸ ਪ੍ਰਤੀ ਸਮਰਪਿਤ ਰਹਿੰਦੇ ਹੋਏ ਇਸ ਫੈਸਲੇ ਦੀ ਸਮੀਖਿਆ ਕਰ ਰਹੇ ਨੇ ਗੂਗਲ ਦੇ ਬੁਲਾਰੇ ਨੇ ਕਿਤਾ ਕਿ ਭਾਰਤੀ ਡਿਵੈਲਪਰਸ Google Play ਅਤੇ Android ਦੀ ਵਜ੍ਹਾ ਨਾਲ ਮਿਲਣ ਵਾਲੀਆਂ ਤਕਨੀਕਾਂ ਸੁਰੱਖਿਆ ਕੰਜ਼ਿਊਮਰ ਪ੍ਰੋਟੈਕਸ਼ਨ ਅਤੇ ਸਹਜਤਾ ਤੋਂ ਉਹਨਾਂ ਨੇ ਲਾਭ ਲਿਆ ਹੈ ਸਾਡੇ ਮਾਡਲ ਦੇ ਕਾਰਨ ਹੀ ਭਾਰਤ ਲੱਖਾਂ ਕਰੋੜਾਂ ਭਾਰਤੀਆਂ ਨੂੰ ਡਿਜੀਟਲ ਦੁਨੀਆ ਦੇ ਨਾਲ ਜੋੜਨ ਦੇ ਸਮਰੱਥ ਹੋਇਆ ਹੈ